ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਲਦ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੇ ਆਪਣੀ ਪੰਜਾਬ ਯਾਤਰਾ ਜ਼ਰੀਏ ਲੋਕਾਂ ਦੀਆਂ ਮੁਸ਼ਕਲਾਂ ਜਾਣ ਕੇ ਸਰਕਾਰ ਨੂੰ ਘੇਰਨ ਦੀਆਂ ਤਿਆਰੀਆਂ ਸ਼ੁਰੂ ਕਰ ਲਈਆਂ ਨੇ। ਪਰ ਦੂਜੇ ਪਾਸੇ ਸੱਤਾਧਿਰ ਕਾਂਗਰਸ ਆਮ ਆਦਮੀ ਪਾਰਟੀ ਦੇ ਇਸ ਕਦਮ ਦੀ ਨੁਕਤਾਚੀਨੀ ਕਰਦੀ ਨਜ਼ਰ ਆ ਰਹੀ ਹੈ। ਕਾਂਗਰਸ ਦੇ ਸੀਨੀਅਰ ਆਗੂ ਵਿਜੈ ਇੰਦਰ ਸਿੰਗਲਾ ਨੇ ਚੰਡੀਗੜ੍ਹ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਮਹਿਜ਼ ਸੁਰਖੀਆਂ ਦਾ ਹਿੱਸਾ ਬਣੇ ਰਹਿਣ ਲਈ ਹੀ ਅਜਿਹੇ ਕਾਰਜ ਕਰ ਰਹੀ ਹੈ। ਕਿਸਾਨ ਕਰਜ਼ਾ ਮੁਕਤੀ ਦੇ ਬਹੁ ਚਰਚਿਤ ਮਸਲੇ ਬਾਰੇ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਵਿਧਾਨ ਸਭਾ ਸੈਸ਼ਨ ਵਿੱਚ ਇਹ ਬਿੱਲ ਲੈ ਕੇ ਆਵੇਗੀ। ਆਮ ਆਦਮੀ ਪਾਰਟੀ ਦਾ ਇਹ ਕਹਿਣਾ ਕਿ ਉਹ ਸਰਕਾਰ ਕੋ ਉਨਕੇ ਕੀਏ ਹੋਏ ਵਾਦੋਂ ਕੇ ਮੁੱਦੇ ਪੇ ਘੇਰਨਾ ਚਾਹਤੀ ਹੈ, ਮੈਂ ਸਮਝਤਾ ਹੂੰ ਯੇ ਕੋਈ ਤਾਕਤਵਰ ਬਾਤ ਨਹੀਂ ਹੈ। ਉਨਕਾ ਉਨਕਾ ਏਕ ਹੀ ਉਨਕਾ ਏਕ ਹੀ ਟਾਰਗੇਟ ਹੋਤਾ ਹੈ, ਉਨਕਾ ਹਮੇਸ਼ਾ ਮੈਨੇ ਦੇਖਾ ਹੈ ਪਸ਼ਚਾਤ ਕੇ ਅੰਦਰ ਵੀ। ਆਮ ਆਦਮੀ ਪਾਰਟੀ ਕੋ ਕਿਸ ਪ੍ਰਕਾਰ ਸੇ ਮੀਡੀਆ ਗਲੇਅਰ ਮਿਲ ਸਕੇ, ਸਿਰਫ ਉਹ ਯੇ ਬਾਤ ਕਰਤੇ। ਮੈਂ ਬੜੇ ਜ਼ਿੰਮੇਵਾਰੀ ਸੇ ਕਹਿ ਸਕਤਾ ਹੂੰ ਕਿ ਚੀਫ ਮਿਨਿਸਟਰ ਸਾਹਿਬ ਨੇ ਵੀ ਔਰ ਫਾਈਨੈਂਸ ਮਿਨਿਸਟਰ ਸਾਹਿਬ ਨੇ ਵੀ ਦੋਨੋਂ ਨੇ ਇਸ ਬਜਟ ਕੇ ਅੰਦਰ ਕਿਸਾਨ ਕੇ ਕਰਜ਼ੇ ਮਾਫੀ ਕੇ ਬਾਰੇ ਮੇਂ ਵਾਅਦਾ ਕੀਆ ਹੈ ਕਿ ਉਸਕੇ ਲੀਏ ਕੋਈ ਨਾ ਕੋਈ ਬਿੱਲ ਲੇਕਰ ਆ ਰਹੇ ਹੈ, ਤੋ ਜ਼ਰੂਰ ਵਿਧਾਨ ਸਭਾ ਕੇ ਸ਼ਸਤਰ ਕੇ ਅੰਦਰ ਵੋ ਜ਼ਰੂਰ